algo. Y un poquito de nombre y ਡਾਕਟਰ ਰਣਜੀਤ ਜਿਹੜੇ ਨਾਂ ਦੇ ਐਂਟਰੀ ਹੋ ਲਿਖਾਓ ਨਹੀਂ ਤਾਂ ਪੈਸੇ ਅੱਜ ਡਬਲ ਪੈ ਜਾਣੇ ਮੈਂ ਤੁਹਾਨੂੰ ਵਾਰ ਵਾਰ ਕਹੀ ਜਾਣਾ ਜਿਹੜੇ ਨਾਂ ਦੇ ਤੇਰੀ ਗੁਲਾਬੀ ਕਾਲੀ ਜਿੰਨੀ ਦੋਵੇਂ ਬਗਲਾਂ ਗੁਲਾਬੀ ਕਾਲੀ ਜਿੰਨੀ ਲਿਖੀ ਸਾਤਾਂ ਤੇ ਫੁੰਦੇ ਹਾਂ ਉੱਚੀ ਆ ਗਿਆ ਕਾਲੀ ਜਿੰਨੀ ਆ ਗਈ ਸਾਰਾ ਕੰਮ ਗਲਤ ਹੁੰਦਾ ਫਿਰ ਵੇਖਾਂ ਹੋ ਗਈ ਬੋਲੋ ਜੀ ਬਾਰਾਂ ਤੇਰਾ ਨੰਬਰ ਲਿਖੋ ਜਾਓ ਜੀ ਹਜ਼ਾਰ ਹਜ਼ਾਰ ਆਇਆ ਜੀ ਪੰਦਰਾਂ ਪੰਦਰਾਂ ਠੀਕ ਹੈ ਜੀ ਜਿਹੜਾ ਵੱਧ ਪੜਾਵੇ ਮੈਨੂੰ ਦੱਸ ਦੇ ਬਲਦਾਰ ਦਾਨੇ ਆਉਂਦੇ ਨਾ ਤੇ ਬੰਦੇ ਇੱਕ ਮਿੰਟ ਸੱਜੇ ਪੱਲੇ ਵਾਲਾ ਤੇਰਾ ਪਿੰਡ ਉੱਗਾ ਕੇ ਗਿਆ ਪਰ ਤੇਰਾ ਰੰਗ ਗੂੜਾ ਹੈ ਬਾਹਲਾ ਗੂੜਾ ਹੀ ਆਪਣਾ ਘੱਟ ਤੇ ਨੀ ਕੇਰੀ ਗਲਤੀ ਵੀ ਲੱਗ ਜਾਂਦੀ ਆ ਉਧਰ ਆ ਜੀ ਵੀਰੇ ਆਰਾਮ ਨਾਲ ਬਹਿ ਕੇ ਲਿਖਾਓ ਐ ਨਾ ਕਾਲ ਕਰੋ ਬਹਿ ਕੇ ਲਿਖਾਓ ਬਾਈ ਜੀ ਕਿੰਨਾ ਨੰਬਰ ਸੀ ਅੱਜ ਕਿਹਦੇ ਨਾਂ ਤੇ ਸੀ ਨੌ ਨੰਬਰ ਵੀ ਕਰਵਾਇਆ ਹੋਇਆ ਨੌ ਨੰਬਰ ਕਰੀ ਚੱਲ ਮਤਲਬ ਨੌ ਕਰੋ ਨੌ ਬਲੰਗ ਯਾਰ ਨੌ ਨੰਬਰ ਉਹ ਉੱਥੇ ਰੱਖ ਕੇ ਪਿੰਜਰੇ 'ਚ ਬਾਅਦ 'ਚ ਲਾ ਦਿਓ 52 ਨੰਬਰ ਚਾਰ ਕੇ ਚਾਰ ਗਿਣੀ ਚੱਲ ਜੱਗੀ 5 ਜਿਹੜਾ ਕਬੂਤਰ ਬੰਦਾ ਛੱਡਦਾ ਉਹਨੂੰ ਥੱਲੇ ਵੀ ਤਾਰੀ ਚਲੋ ਇੱਥੇ ਰਾਸ਼ਟਰ ਬਾਈ ਕਬੂਤਰ ਛੱਡ ਕੇ ਚਲੇ ਜਾਓ
ਗਿਣਤੀ ਕਰੀ ਜਾਂਦੇ ਬੰਦੇ ਕਰੀ ਜਾਂਦੇ ਗਿਣਤੀ ਕਰੀ ਜਾਂਦੇ ਮੋਰ ਲਵਾ ਲਿਓ ਵੀਰੇ ਮੋਰ ਤੋਂ ਬਿਨਾ ਨਾ ਛੱਡ ਦਿਓ 31 ਨੰਬਰ ਪੈ ਮਹਿੰਗਾ ਲਓ ਜੀ ਲਓ ਦਾਦਾ ਜੀ ਹੋ ਗਿਆ ਬੱਤੀ ਨੰਬਰ ਇੱਕ ਮਿੰਟ ਜੀ ਨੰਬਰ ਬੋਲ ਆਇਆ ਨੀ ਕਿਹੜਾ ਨੰਬਰ ਇੱਕ ਨੰਬਰ ਬੋਲ ਨਹੀਂ ਖੜ ਜਾ ਉੱਨੀ ਬੇਅੰਤ ਪਤਨੀ 45 ਨੰਬਰ ਕਿੱਥੇ ਕਿੰਨਾ ਨੰਬਰ ਹੈ ਉਨੱਤੀ ਨੰਬਰ ਲਾਓ ਜੀ ਕਿੰਨੇ ਨੰਬਰ ਜੀ 23-24 ਹੈ 23-24 ਇਹ ਕਿਹੜਾ ਇਹ ਦੋਵੇਂ ਆ ਗਏ 23-24 ਦੋਵੇਂ ਆ ਗਏ ਠੀਕ ਹੈ ਆ ਜਾਓ ਭਾਈ ਕਬੂਤਰ ਛੱਡ ਲਓ ਰੁਪਿੰਦਰ ਸਿੰਘ ਪੁਰਾ ਲਿਖਿਆ ਆਪਣਾ ਵੀ ਨੀ ਕਬੂਤਰ ਆ ਲਾਓ ਜੀ ਕਿੰਨੇ ਨੰਬਰ ਤੇ ਅਨੀਤਾ ਭਾਗ ਸਰੀ ਕਿੰਨੇ ਨੰਬਰ ਨੰਬਰ ਇੱਥੇ ਜੀ ਆਪਣਾ ਚੱਲ ਨੇਤਾ ਹੋ ਗਿਆ 48 ਨੰਬਰ ਵੀ ਲਾਓ ਜੀ 49 ਨੰਬਰ ਹੁਣ ਤੁਸੀਂ ਛੇਤੀ ਕਾਲ ਕਰੀ ਜਾਂਦੇ ਹੋ ਉਹਦਾ ਉਹਦੇ ਨਾਲ ਹੀ ਨਹੀਂ ਸੀ ਛੱਤੀ ਰਾਜਨ ਬਾਗਾ ਨੰਬਰ
ਕਿਹਦੇ ਨਾਂ ਤੇ ਸੀ ਰਮਨਾਲ ਵਾਸੀਆਂ ਕਦ ਕਰ ਲਿਆ ਕਿਹਦੇ ਨਾਂ ਤੇ ਰਮਨਾਲ ਯਾਰ ਮੈਂ ਸਾਰਿਆਂ ਨੂੰ ਨੰਬਰ ਦੱਸੇ ਮੈਂ ਪੁੱਛੇ ਨਹੀਂ ਨੰਬਰ ਮਿੰਟ 'ਚ ਪਤਾ ਲੱਗ ਜਾਂਦਾ ਯਾਰ ਨਾਂ ਭੰਨਾ ਆ ਪਿਆ ਯਾਰ ਨਹੀਂ ਇੱਧਰ ਰਮਨੇ ਦਾ 24 ਹੈ 24 ਨੰਬਰ ਘਟੋ ਫਿਰ ਸੱਜਾ ਪੱਲਾ ਲਾ ਵੀ ਚੁਰੰਜਾ ਨੰਬਰ ਤੇ ਮੋਹਰ ਲੱਗ ਗਈ ਵੇਖੀ ਕੀ ਨਾਲ ਜੱਗਾ ਰੁੜਿਆ ਨੀ ਮਾਰੋ ਲਾ ਮਾਰੋ ਅੱਖਾਂ ਖੱਟੀਆਂ ਜੀ ਗਿਆਰਾਂ ਨੰਬਰ ਦੇ ਮੋਹਰ ਲੱਗੀ ਹੈ ਜੇਕਰ ਜਿੰਨੇ ਵੀ ਖਿਡਾਰੀ ਵੀਰ ਇੱਥੇ ਪਹੁੰਚ ਗਏ ਜੀ ਤੇ ਹੁਣੇ ਤੁਹਾਨੂੰ ਲਾਈਵ ਆਪਾਂ ਦਿਖਾਵਾਂਗੇ ਇਹਨਾਂ ਨੂੰ ਸਨਮਾਨ ਕਰਦੇ ਹੋਏ ਜੋ ਕਿ ਗੁਰਜੰਟ ਸਿੰਘ ਆਲਮਵਾਲਾ ਕਬੂਤਰਬਾਜ਼ੀ ਕਲੱਬ ਦੇ ਨਾਂ ਤੇ ਆਪਾਂ ਕਲੱਬ ਬਣਾਇਆ ਸੀ ਅੱਜ ਉਸਦੀ ਦੂਜੀ ਬਾਜ਼ੀ ਆ ਜੀ ਸ਼ੇਅਰ ਕਰਦੇ ਰਹੋ ਤੇ ਜਿਹਦੇ ਆਪਣੇ ਸਾਰੇ ਜਿੰਨੇ ਵੀ ਮੈਂਬਰ ਹੈ ਇਸ ਕਲੱਬ ਦੇ ਜੀ ਆਇਆਂ ਆਖਦੇ ਹੈ ਜਿੰਨੇ ਵੀ ਵੀਰ ਇੱਥੇ ਪਹੁੰਚੇ ਹੈ ਦੂਰੋਂ ਦੂਰੋਂ ਨੇੜਿਓਂ ਉੱਥੋਂ ਵੀ ਪਹੁੰਚੇ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਕਾਕਾ ਕੈਨੇਡਾ ਚੱਕੜਾ ਗਰੁੱਪ ਦੀ ਟੀਮ ਅਤੇ ਸਰਦਾਰ ਗੁਰਜੰਟ ਸਿੰਘ ਆਲਮਵਾਲਾ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਜੀ ਆਇਆ ਕਿਹਾ ਜਾਂਦਾ ਜੀ ਅਤੇ ਹੁਣੇ ਬਸ ਕੁਛ ਚਿਰ ਦੇ ਵਿੱਚ ਆਪਾਂ ਜਿਹੜਾ ਹੈਗਾ ਸਨਮਾਨ ਜੋ ਕਿ ਆਹ ਸ਼ੀਲਡ ਹੈ ਕੂਲਰ ਦੇ ਨਾਲ ਗੁਰਜੰਟ ਸਿੰਘ ਆਲਮਵਾਲਾ ਜੀ ਨੂੰ ਸਨਮਾਨਿਤ ਕੀਤਾ ਜਾਣਾ ਜੀ ਬੜੀ ਖੁਸ਼ੀ ਦੀ ਗੱਲ ਆ ਕਿ ਪਹਿਲਾਂ ਆਪਣੇ ਵੀਰ ਮੂਸ਼ੀ ਜੋ ਕਿ ਪਿੰਡ ਮੂਲਿਆਂ ਵਾਲੀ ਫਿੱਟ ਦੇ ਨਾਲ ਉਹਨਾਂ ਨੂੰ ਸਨਮਾਨਿਤ ਕਰ ਚੁੱਕੇ ਆ ਸੋ ਉਸ ਦਿਨ ਤਾਂ ਲੇਟ ਹੋ ਗਏ ਸੀ ਅੱਜ ਜੋ ਵੀਰ ਮੂਸ਼ੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਸੀਗਾ ਫਿੱਟ ਦੇ ਨਾਲ ਥੋੜ੍ਹਾ ਜਿਹਾ ਦੋ ਮਿੰਟ ਤਾੜੀਆਂ ਜ਼ਰੂਰ ਮਾਰੋ ਜੀ ਗੁਰਜੰਟ ਸਿੰਘ ਦੇ ਨਾਲ ਕਿਉਂਕਿ ਉਸ ਦਿਨ ਥੋੜ੍ਹਾ ਲੇਟ ਹੋ ਗਏ ਸੀਗੇ ਧੰਨਵਾਦ ਜੀ ਸਾਰਿਆਂ ਦਾ ਸਾਰੇ ਇੱਥੇ ਪਹੁੰਚੇ ਅਤੇ ਸਾਰਿਆਂ ਪਿੰਡਾਂ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਬਹੁਤ ਵਧੀਆ ਕਲੱਬ ਬਣੀਆਂ ਦੋ ਬਾਜ਼ੀਆਂ ਜੀ ਤਿੰਨ ਸੀ ਇੱਕ ਬਾਜ਼ੀ ਕੈਂਸਲ ਹੋ ਗਈ ਦੋ ਰੱਖੀਆਂ ਸੀ ਬਹੁਤ ਹੀ ਵਧੀਆ ਬਾਜ਼ੀਆਂ ਇੱਕ ਬਾਈ ਇਸ ਤੋਂ ਪਹਿਲਾਂ ਮੂਲਿਆਂ ਵਾਲੀ ਹੋ ਚੁੱਕੀ ਹੈ ਬਹੁਤ ਵਧੀਆ ਢੰਗ ਨਾਲ ਨਿਬੜੀ ਹੈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਇਸ ਬਾਜ਼ੀ ਨੂੰ ਵੀ ਚੰਗੇ ਢੰਗ ਨਾਲ ਹੀ ਨੇਤਰੇ ਚਾੜਿਆ ਜੇ ਅਤੇ ਬਾਕੀ ਬਾਈ ਜੀ ਦਾ ਸਨਮਾਨ ਉੱਧਰ ਪਿੰਡ ਕਰਤਾ ਸੀ ਬਾਈ ਜੀ ਨੇ ਦੱਸਤਾ ਔਰ ਚੱਕੜਾ ਜੀ ਦਾ ਪਿੰਦਰ ਜੀ ਦਾ ਵੀ ਸਨਮਾਨਿਤ ਕੀਤਾ ਗਿਆ ਸੀ ਉੱਥੇ ਅਤੇ ਕਾਕਾ ਬਾਈ ਕੈਨੇਡਾ ਜੀ ਦਾ ਜਿਨ੍ਹਾਂ ਨੇ ਅਤੇ ਡਾਕਟਰ ਗੁਰਲਾਲ ਰਣਜੀਤਗੜ੍ਹ ਜੋ ਕਬੂਤਰਬਾਜ਼ੀ ਦੇ ਪਹਿਲੇ ਰੈਟਰ ਆ ਅਤੇ ਚੱਕੜਾ ਸਾਹਿਬ ਦਾ ਗਰੁੱਪ ਹੈ ਜਿਹੜਾ ਇਹ ਪਹਿਲਾ ਚੈਨਲ ਹੈ ਕਬੂਤਰਬਾਜ਼ੀ 'ਤੇ ਜੋ ਹੋਇਆ ਅਤੇ ਕਾਕਾ ਕੈਨੇਡਾ ਜੀ ਜੋ ਸਾਨੂੰ ਸਹਿਯੋਗ ਦੇ ਰਹੇ ਨੇ ਬਾਹਰ ਤੋਂ ਟਮਾਣਾ ਜੀ ਫੋਨ ਨਾ ਕਰੋ ਯਾਰ ਲਾਈਨ ਟਮਾਣੇ ਨੂੰ ਸਾਈਡ ਤੋਂ ਫੋਨ ਉਹਨੇ ਕਰੀ ਜਾਣਾ ਉਹਨੂੰ ਕੋ ਫੋਨ ਨਾ ਕਰ ਵਿੱਚ ਫੋਨ ਨਾ ਕਰੋ ਬਾਈ ਜੀ ਜਿਹੜਾ ਲਾਈਵ ਹੈ ਪ੍ਰੋਗਰਾਮ ਆਪਣਾ ਇਹ ਬੰਦ ਹੋ ਜਾਂਦਾ ਅਤੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਕੁੰਡਲਾ ਤੋਂ ਸਰਪੰਚ ਮਿੰਕੂ ਕੁੰਡਲ ਜੀ ਆਪਣੇ ਜਿਹੜੇ ਅੱਜ ਦੇ ਮੁੱਖ ਮਹਿਮਾਨ ਹੈ ਜੀ ਇੱਥੇ ਪਹੁੰਚ ਚੁੱਕੇ ਹੈ ਅਤੇ ਦੂਜੇ ਜਿਹੜੇ ਮੁੱਖ ਮਹਿਮਾਨ ਹੈ ਜੀ ਆਪਣੇ ਸਨੀ ਬਰਾੜ ਫਤਨ ਵਾਲਾ ਜੋ ਕਿ ਰਾਜਾ ਫਿਟਿੰਗ ਜੀ ਦੇ ਬਹੁਤ ਨਜ਼ਦੀਕੀ ਹੈ ਜੋ ਉਹਨਾਂ ਦਾ ਕਿੱਦਰ ਕੰਮ ਕਾਜ ਸੰਭਾਲਦੇ ਹੈ ਅੱਜ ਦੇ ਮੁੱਖ ਮਹਿਮਾਨ ਦੂਜੇ ਆਪਣੇ ਸਨੀ ਬਰਾੜ ਜੀ ਫਤਨ ਵਾਲਾ ਜੀ ਜੀ ਐਂ ਕਿਹਾ ਜਾਂਦਾ ਜੀ ਇਹਨਾਂ ਨੂੰ ਅਤੇ ਮੇਰੇ ਰਿਸ਼ਤੇਦਾਰ ਵੀ ਹੈ ਅਤੇ ਬੈਠੋ ਜੀ ਦੋ ਮਿੰਟ ਹਾਂਜੀ ਆਪਾਂ ਕਰੀਏ ਜੀ ਸ਼ੁਰੂਆਤ ਅਤੇ ਆਹ ਲਾਈਵ ਜੋ ਚੱਲ ਰਿਹਾ ਪ੍ਰੋਗਰਾਮ ਨੂੰ ਬਈ ਇੱਧਰ ਕਰ ਲਾ ਆਪਣੇ ਕੈਮਰਾ ਘੁਮਾ ਦੇ ਇਹਦਾ ਘੁੰਮੂਗਾ ਹੈ ਨਾ ਇੱਥੋਂ
ਲਓ ਜੀ ਇੱਧਰ ਚੱਲੀ ਜਾਂਦੇ ਸਿੱਧਾ, ਆਵਾਜ਼ ਵੂਜ ਥੱਲੇ ਹੱਥ ਨਾਲ ਰੱਖ ਲਈ ਆਈ ਜਾਂਦੇ। ਲਓ ਜੀ ਆਓ ਜੀ, ਪਹਿਲਾਂ ਤਾਂ ਆਪਾਂ ਆਪਣੇ ਜਿਹੜੇ ਮੁੱਖ ਮਹਿਮਾਨ ਪਹੁੰਚੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਜੀ ਕਿ ਇੱਥੇ ਆਉਣ, ਅਤੇ ਜਿਹੜਾ ਸਭ ਤੋਂ ਪਹਿਲਾਂ ਆਪਾਂ ਸਨਮਾਨਿਤ ਕਰਨਾ ਵੀਰੇ ਆਹ ਇੱਕ ਜਣਾ ਪੜ੍ਹ ਕੇ ਸਾਨੂੰ ਸ਼ੀਲਡਾਂ ਦੇਈ। ਚਲੋ ਸਭ ਤੋਂ ਪਹਿਲਾਂ ਆਪਾਂ ਕੋਈ ਨਹੀਂ, ਸਭ ਤੋਂ ਪਹਿਲਾਂ ਤਾਂ ਅਸੀਂ ਜੋ ਕਿ ਕਾਕਾ ਕੈਨੇਡਾ ਚੱਕੜਾ ਗਰੁੱਪ ਦੀ ਟੀਮ ਹੈ ਜੀ, ਅਤੇ ਸਰਦਾਰ ਗੁਰਜੰਟ ਸਿੰਘ ਆਲਮਲਾ ਜਿਨ੍ਹਾਂ ਦੇ ਨਾਂ 'ਤੇ ਅੱਜ ਕਬੂਤਰਬਾਜ਼ੀ ਕਲੱਬ ਬਣਾਇਆ ਸੀ, ਉਹਦੀਆਂ ਜੋ ਬਾਜ਼ੀਆਂ ਸੀ ਅੱਜ ਲਾਸਟ ਬਾਜ਼ੀ ਹੈ ਜੀ ਉਸਦੀ, ਤੋ ਆਪਣੇ ਜਿਹੜੇ ਮੁੱਖ ਮਹਿਮਾਨ ਆ ਉਹਨਾਂ ਦੇ ਹੱਥੋਂ ਇਹ ਸਨਮਾਨ ਪ੍ਰਾਪਤ ਕਰਦੇ ਹੋਏ ਗੁਰਜੰਟ ਸਿੰਘ ਆਲਮਲਾ, ਤਾੜੀਆਂ ਲਾਓ ਜੀ ਇੱਕ ਵਾਰੀ ਜ਼ਰੂਰ। ਸੋ ਨਾਲ ਹੀ ਆਪਣੇ ਜਿਹੜਾ ਵਿਸ਼ੇਸ਼ ਸਨਮਾਨ ਕਾਕਾ ਕੈਨੇਡਾ ਜੀ ਵੱਲੋਂ ਕੀਤਾ ਗਿਆ ਇਹਨਾਂ ਦਾ ਕੂਲਰ ਦੇ ਨਾਲ, ਜਿਹੜਾ ਵਿਸ਼ੇਸ਼ ਸਨਮਾਨ ਕਾਕਾ ਕੈਨੇਡਾ ਵੱਲੋਂ ਕੀਤਾ ਗਿਆ ਜੀ ਸਰਦਾਰ ਗੁਰਜੰਟ ਸਿੰਘ ਆਲਮਾਲੇ ਨੂੰ ਕੂਲਰ ਦੇ ਨਾਲ ਸਨਮਾਨਿਤ ਕਰ ਰਹੇ ਆ ਜੀ, ਤਾੜੀਆਂ ਉਹਨਾਂ ਦੇ ਲਈ। ਸੋ ਬਹੁਤ ਬਹੁਤ ਮੁਬਾਰਕਾਂ ਜੀ। ਸੋ ਦੂਜੇ ਨੰਬਰ 'ਤੇ ਆਪਾਂ ਕਰਦੇ ਹਾਂ ਜੀ ਬਾਬਾ ਜੀ ਨਿਹੰਗ ਘਰਾਂਗਣੇ ਤੋਂ, ਲਿਆਓ ਜੀ ਇਹਨਾਂ ਦੀ ਟਰੋਫੀ ਲੈ ਕੇ ਆਓ ਜੀ। ਸੋ ਬਾਬਾ ਨਿਹੰਗ ਇਹਨਾਂ ਦਾ ਸਨਮਾਨ ਹੋ ਰਿਹਾ ਜੀ, ਬਹੁਤ ਦੂਰੋਂ ਚੱਲ ਕੇ ਆਏ ਆ ਜੀ ਅੱਜ ਇਸ ਬਾਜ਼ੀ ਦੇ ਵਿੱਚ, ਇਹਨਾਂ ਨੇ ਐਂਟਰੀਆਂ ਕਰਵਾਈਆਂ ਸੀ। ਆਓ ਜੀ ਖਾਲਸਾ ਜੀ। ਸੋ ਸਭ ਤੋਂ ਬਜ਼ੁਰਗ ਖਿਡਾਰੀ ਬਾਬਾ ਜੀ ਨਿਹੰਗ, ਸਰਪੰਚ ਸਾਹਿਬ ਤੁਸੀਂ, ਸੋ ਇਹਨਾਂ ਦਾ ਸਨਮਾਨਿਤ ਕੀਤਾ ਜਾਂਦਾ ਜੀ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ। ਕੁਛ ਕਹਿਣਾ ਚਾਹੋਗੇ ਇਸ ਕਲੱਬ ਦੇ ਬਾਰੇ ਜੀ? ਇਹ ਕਲੱਬ ਬੁਲੰਦੀਆਂ ਛੂੰਹਦਾ, ਇੱਕ ਇਹਦੇ ਵਿੱਚ ਰਹਿ ਦਿੰਦੇ ਹਾਂ, ਜਿੰਨੇ ਕਲੱਬ ਬਾਕੀ ਇਹ ਸੁਣਨਗੇ ਵੇਖਣਗੇ ਜੀ, ਇਹ ਮੇਰੇ ਵੀਰ ਹੱਥ ਬੰਨ ਕੇ ਬੇਨਤੀ ਹੈ ਵੀ ਆਪਾਂ ਨਾ ਬਹੁਤ ਸੋਹਣਾ ਚਲਾਓ ਸੱਚੇ ਢੰਗ ਨਾਲ, ਜਿਹੜੇ ਖਰਾਬ ਕਰਦੇ ਉਹ ਮੇਰੇ ਵੀਰ ਸਾਡੀ ਗੱਲ ਮੰਨਣ, ਤਾਂ ਕਿ ਪਾਰਟੀ ਨੂੰ ਮਾੜਾ ਨਾ ਕਿਹਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ। ਇਸ ਤੋਂ ਅੱਗੇ ਆਪਣੇ ਇਹ ਬਾਪੂ ਜੀ ਕੱਪੜਾ ਅਤੇ ਤੁਸੀਂ ਬੈਠੋ ਕਾਲੀ, ਹਾਂਜੀ ਜਗਦੇਵ ਆਓ ਜੀ ਇੱਧਰ ਆਓ ਪਿੱਛੇ, ਨਾਲ ਹੀ ਆਪਣੇ ਤੇਜਿੰਦਰ ਸਿੰਘ ਭੋਲੀ ਹੈ ਜੋ ਕਿ ਆਪਦਾ ਜੋ ਸਨਮਾਨ ਚਿੰਨ ਲੈ ਰਹੇ ਆ ਜੀ, ਤਾੜੀਆਂ ਜੀ ਇਹਨਾਂ ਦੇ ਲਈ ਵੀ। ਥੈਂਕ ਯੂ ਜੀ ਇੱਥੇ ਪੁੱਜਣ ਲਈ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ। ਹਾਂਜੀ ਮੂਸ਼ੀ ਮੂਲਿਆਂ ਵਾਲੀ, ਮੂਸ਼ੀ ਮੂਲਿਆਂ ਵਾਲੀ ਜੋ ਕਿ ਲਓ ਜੀ ਮੈਨੂੰ ਵੀਰ ਦਾ ਬਹੁਤ ਵਧੀਆ ਸਹਿਯੋਗ ਹੈ, ਸੱਚੀ ਗੱਲ ਜਿਹੜੀ ਮੂੰਹ 'ਤੇ ਕਹਿੰਦੇ ਆ ਮੂਸ਼ੀ ਮੂਲਿਆਂ ਵਾਲੀ, ਲੋਕ ਮਾੜਾ ਜ਼ਰੂਰ ਕਹਿੰਦੇ ਵੀਰ ਨੂੰ ਕਿਉਂਕਿ ਸੱਚ ਬੜਾ ਕੜਵਾ ਹੁੰਦਾ। ਸੋ ਇਹਨਾਂ ਦਾ ਸਨਮਾਨ ਹੋ ਰਿਹਾ ਜੀ, ਥੈਂਕ ਯੂ ਜੀ ਤੁਹਾਡਾ ਵੀ, ਤਾੜੀਆਂ ਤੁਹਾਡੇ ਲਈ ਬਹੁਤ। ਉਸ ਤੋਂ ਅੱਗੇ ਬਾਈ ਜੀ ਟੀਟੂ ਕੋਟਮਾਨਾ ਜੋ ਕਿ ਕਬੂਤਰਬਾਜ਼ੀ ਦੇ ਬਹੁਤ ਵੱਡੇ ਥੰਮ ਹੈ ਜੀ, ਬਹੁਤ ਵੱਡਾ ਨਾਂ ਹੈ ਟੀਟੂ ਕੋਟਮਾਨਾ ਜੀ ਦਾ। ਸੋ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਜੀ ਸਾਡੇ ਇੱਥੇ ਅੱਜ ਸੱਦੇ 'ਤੇ ਪਹੁੰਚਣ ਦੇ ਲਈ ਅਸੀਂ, ਅਤੇ ਥੈਂਕ ਯੂ ਤੁਹਾਡਾ, ਹੁਣ ਸਨਮਾਨ ਜਿਹੜਾ ਪ੍ਰਾਪਤ ਕਰ ਰਹੇ ਹਾਂ, ਥੈਂਕ ਯੂ ਜੀ, ਵਧਾਈਆਂ ਤੁਹਾਨੂੰ, ਬਹੁਤ ਬਹੁਤ ਤਾੜੀਆਂ ਜੀ। ਨੇਤਾ ਭਾਗ ਸਰ ਉਹਨਾਂ ਦੇ ਬੇਟੇ, ਉਹਨਾਂ ਦੇ ਇੱਥੇ ਬੇਟੇ ਆ ਜੀ ਨੇਤਾ ਭਾਗ ਸਰ ਦੇ, ਮੰਗਾ ਭਾਗ ਸਰ। ਸੋ ਉਹਨਾਂ ਨੂੰ ਵੀ ਆਪਾਂ ਜਿਹੜਾ ਬਹੁਤ ਵਧੀਆ ਖਿਡਾਰੀ ਹੈ ਜੀ ਜਿਹਨਾਂ ਕੋਲੇ ਬਹੁਤ ਵਧੀਆ ਕਬੂਤਰ ਹੈ ਚੋਟੀ ਦੇ, ਅਤੇ ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ ਜੀ। ਸੋ ਤਾੜੀਆਂ ਉਹਨਾਂ ਦੇ ਲਈ। ਹਾਂਜੀ ਟਮਾਣਾ ਲਾਲ ਬਾਈ, ਟਮਾਣਾ ਦੂਸਰਾ ਦੇ ਬਹੁਤ ਵਧੀਆ ਸਟਾਰ ਪਲੇਅਰ ਹੈ ਜੀ, ਅਤੇ ਵੀਰ ਨੇ ਕਿਹਾ ਸੀ ਵੀ ਮੈਂ ਅੱਜ ਥੋੜ੍ਹਾ ਜਿਹਾ ਬਿਮਾਰ ਹਾਂ, ਅਤੇ ਉਹਨਾਂ ਨੇ ਆਪਣੇ ਡਿਊਟੀ ਲਾਈ ਸੀ ਗਿੱਲ ਵੀਰ ਦੀ ਲੰਬੀ ਤੋਂ। ਸੋ ਆਓ ਜੀ ਸਾਰੇ ਆ ਜਾਓ ਵੀਰ ਜੀ, ਜਿੰਨਾ ਟਮਾਣੇ ਵੀਰ ਦੀ ਜਿਹੜੀ ਪਾਰਟੀ ਆ ਸਾਰੀ ਪਹੁੰਚੋ ਜੀ ਇੱਥੇ, ਵੀਰ ਜੀ ਸਾਰੇ ਪਹੁੰਚੋ ਜੀ। ਸੋ ਟਮਾਣੇ ਦਾ ਕੀਤਾ ਜਾਂਦਾ ਜੀ ਇੱਥੇ ਨਿੱਕਾ ਜਿਹਾ ਸਵਾਗਤ, ਵਧਾਈਆਂ ਜੀ ਬਹੁਤ ਬਹੁਤ। ਹਾਂਜੀ ਆਓ ਜੀ, ਕੋਈ ਗੱਲ ਨਹੀਂ, ਜਿਹੜੀ ਹੈਗੀ ਜਗਦੇਵ ਭੰਗਾਲ ਜੀ, ਆਓ ਜੀ ਜਗਦੇਵ ਜੀ।
ਜਗਦੇਵ ਭੰਗਾਲ ਜੀ ਦਾ ਜੋ ਕਿ ਦੱਸ ਦਈਏ ਕਿ ਇਸ ਤੋਂ ਪਹਿਲਾਂ 3 ਵਾਰੀਆਂ ਇਹਨਾਂ ਨੇ ਕਰਾਈਆਂ ਜੀ, ਅੱਜ ਤੱਕ ਨਾ ਕੋਈ ਇੱਥੇ ਰੌਲਾ ਨਾ ਰੱਪਾ ਨਾ ਰੋਟੀ ਦੇ ਪੈਸੇ ਕੱਢੇ ਗਏ ਹੈ। ਵੀਰ ਦਾ ਬਹੁਤ ਹੀ ਵੱਡਾ ਦਿਲ ਹੈ, ਅੱਜ ਵੀ ਕੋਈ ਰੋਟੀ ਦਾ ਪੈਸਾ ਕਲੱਬ ਵੰਨੀਓ ਜਾਂ ਇਹਨਾਂ ਵੱਲੋਂ ਨਹੀਂ ਲਿਆ ਗਿਆ ਜੀ। ਵਿਸ਼ੇਸ਼ ਤੌਰ 'ਤੇ ਕਾਕਾ ਕੈਨੇਡਾ ਤਕੜਾ ਗਰੁੱਪ ਦੀ ਟੀਮ ਹੈ ਜਿਹੜੀ ਇਹਨਾਂ ਨੂੰ ਸਨਮਾਨ ਕਰਦੀ ਹੈ ਜੀ। ਬਹੁਤ ਬਹੁਤ ਵਧਾਈ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਜਗਦੇਵ ਲੰਗਿਆਣਾ ਜੀ ਕਿੱਥੇ ਆ? ਆਓ ਜੀ, ਆ ਗਏ ਨੇ ਯਾਦ। ਲਓ ਜੀ, ਲਓ ਜੀ, ਆ ਜਾਓ ਵੀਰ ਜੀ, ਆ ਜਾਓ ਪਿੱਛੇ ਆ ਜਾਓ ਇੱਧਰ। ਇਹ ਵੀ ਹੈ ਜੀ ਆਪਣੇ ਜਗਦੇਵ ਲੰਗਿਆਣੇ ਤੋਂ, ਮੋਗੇ ਜ਼ਿਲ੍ਹੇ 'ਚ ਇਹਨਾਂ ਦਾ ਪਿੰਡ ਪੈਂਦਾ। ਬਹੁਤ ਵਧੀਆ ਕਬੂਤਰ ਹੈ ਜੀ, ਅਤੇ ਧੰਨਵਾਦ ਕਹਾਂਗੇ ਜੀ ਇੱਥੇ ਪਹੁੰਚਣ ਦੇ ਲਈ ਤੁਹਾਡਾ। ਧੰਨਵਾਦ ਜੀ ਲੰਗਿਆਣਾ ਸਾਹਿਬ, ਥੈਂਕ ਯੂ ਜੀ। ਸਭ ਤੋਂ ਪਹਿਲਾਂ ਜਿਹੜਾ ਕਿ ਆਪਣੇ ਸਨਮਾਨ ਅਸੀਂ ਕਰ ਰਹੇ ਹਾਂ ਜੀ, ਗੁਰਪ੍ਰੀਤ ਸਿੱਧੂ ਕੈਨੇਡਾ, ਉਹਨਾਂ ਦਾ ਸਨਮਾਨ ਜਿਹੜਾ ਮੈਂ ਲੈ ਰਿਹਾ ਜੀ, ਮੇਰੀ ਡਿਊਟੀ ਲੱਗੀ ਆ। ਬਾਈ ਜੀ ਗੁਰਪ੍ਰੀਤ ਸਿੱਧੂ ਭਦੌੜ ਤੋਂ, ਅਤੇ ਇਸ ਟਾਈਮ ਕੈਨੇਡਾ ਰਹਿੰਦੇ ਆ ਜੀ। ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਦਾ ਸਨਮਾਨ ਜੋ ਮੈਂ ਲੈ ਰਿਹਾ ਜੀ, ਥੈਂਕ ਯੂ। ਉਸ ਤੋਂ ਬਾਅਦ ਮੇਰੇ ਹੀ ਆ ਗਿਆ ਜੀ, ਲਓ ਜੀ ਮੈਨੂੰ ਵੀ ਇਹ ਇਸੇ ਕਲੱਬ ਵੱਲੋਂ ਇਹਨਾਂ ਨੂੰ ਝਗੜਾ ਸਾਹਿਬ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਜੀ, ਕਾਕਾ ਕੈਨੇਡਾ ਵੱਲੋਂ ਉਹਨਾਂ ਕਨੂੰ ਸਨਮਾਨ ਇਹਨਾਂ ਨੂੰ ਵੀ ਭੇਜਿਆ ਗਿਆ, ਜੰਟਾ ਆਲਮ ਵਾਲਾ ਗਰੁੱਪ ਕਨੂੰ ਝਗੜਾ ਸਾਹਿਬ ਨੂੰ ਸਨਮਾਨਿਤ ਕੀਤਾ ਜਾਂਦਾ ਜੀ। ਬਹੁਤ ਬਹੁਤ ਥੈਂਕ ਯੂ ਕਾਕਾ ਕੈਨੇਡਾ ਝਗੜਾ ਗਰੁੱਪ ਇੱਕ ਅਸੀਂ ਜਗਦੇਵ ਭੰਗਾਲ ਜੀ ਕਿੱਥੇ ਹੋ? ਜਗਦੇਵ ਆ ਯਾਰ, ਆ ਜਾ ਜਲਦੀ ਆ, ਸਨਮਾਨਿਤ ਕਰ ਰਹੇ ਆ ਜੀ। ਸੋ ਤਾੜੀਆਂ ਜੀ ਸਾਰੇ ਉਹਨਾਂ ਦੇ ਲਈ, ਕਾਕਾ ਕੈਨੇਡਾ ਜੀ ਨੂੰ ਜੋ ਕਿ ਸਨਮਾਨਿਤ ਕਰ ਰਹੇ ਆ ਜਗਦੇਵ ਭੰਗਾਲ ਜੀ। ਜੰਟਾ ਆਲਮਾਲਾ ਤੇ ਚਕੜਾ ਗਰੁੱਪ ਸਨਮਾਨਿਤ ਕਰ ਰਹੇ ਆ ਜੀ। ਬਿੱਟੂ ਬੇਗਮਪੁਰੀਆ ਕੈਨੇਡਾ ਜੀ ਨੂੰ ਸਨਮਾਨ ਭੇਜਿਆ ਜਾ ਰਿਹਾ ਜੀ ਉੱਥੇ ਕੈਨੇਡਾ। ਤਾੜੀਆਂ ਉਹਨਾਂ ਦੇ ਨਾਂ ਤੇ ਸਾਰੇ ਚੱਕਦੇ, ਬਾਬਾ ਕੈਨੇਡਾ ਦਿਓ ਜੀ ਇੱਥੇ ਰੱਖੀ ਆ ਜੀ ਉਹਨਾਂ ਦੇ ਨਾਲ ਹੀ। ਜਿੰਦਾ ਬਾਬਾ ਕੈਨੇਡਾ, ਸੋ ਉਹਨਾਂ ਨੂੰ ਵੀ ਆਪਾਂ ਸਨਮਾਨਿਤ ਕਰ ਰਹੇ ਹਾਂ ਜੀ, ਕਿਉਂਕਿ ਉਹਨਾਂ ਨੇ ਯੋਗਦਾਨ ਜਿਹੜਾ ਪਾਇਆ ਇਸ ਬਾਜੀ ਦੇ ਵਿੱਚ, ਕਾਕਾ ਕੈਨੇਡਾ ਚਕੜਾ ਗਰੁੱਪ ਅਤੇ NRI ਬ੍ਰਦਰਸ। ਬਾਬਾ ਤੂਰ ਕੈਨੇਡਾ ਤੋਂ, ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰ ਰਹੇ ਹਾਂ ਜੀ। ਜੱਗਾ ਕੈਲਗਰੀ ਜੀ, ਜੱਗਾ ਕੈਲਗਰੀ ਜੀ, ਉਹਨਾਂ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰ ਰਹੇ ਹਾਂ ਜੀ। ਸੋ ਉਹਨਾਂ ਦਾ ਕਬੂਤਰ ਵੀ ਛੁੱਟਿਆ ਪਿਛਲੇ ਬਾਜੀ ਦੇ ਵਿੱਚ, ਵਿਨਰ ਵੀ ਰਿਹਾ ਜੀ ਜੱਗਾ ਕੈਲਗਰੀ ਜੀ ਨੂੰ। ਬਹੁਤ ਬਹੁਤ ਮੁਬਾਰਕਾਂ ਜੀ। ਹਾਂਜੀ ਬੋਲਦੇ ਕਰਕੇ ਇਹ ਬਾਅਦ 'ਚ ਕਰਨੇ ਵੀਰੇ। ਆਓ ਜੀ, ਆਹ ਦੋ ਕੱਢ ਲਾ ਯਾਰ, ਸਨੀ ਬਰਾੜ ਦੇ ਕਿਰਾਂ ਆਪਾਂ ਇਹਨਾਂ ਨੂੰ ਕਰਦੇ ਹਾਂ। ਬੁਲਾਓ ਆ ਜੀ ਉਹ ਵੀਰ ਨੂੰ ਫੜਾਇਆ 2 ਮਿੰਟ ਮੋਬਾਈਲ, ਤੂੰ ਵੀ ਇੱਥੇ ਆ ਜਾ, ਪਿੱਛੇ ਆ ਜਾਓ ਆਪਣੀ ਟੀਮ ਹੈ ਜਿਹੜੀ ਸਾਰੀ ਚੱਕੜੇ ਗਰੁੱਪ ਦੀ, ਆ ਜਾਓ ਵੀ ਭੰਗਾਲਾ ਭੁਗੋਲਾ ਵਾਲੇ ਸਾਰੇ ਵੀਰ ਪਿੱਛੇ ਆ ਜਾਓ, ਆ ਜਾਓ ਵੀਰੇ, ਆ ਜਾਓ ਕੱਲ੍ਹ ਸਾਰੇ ਆ ਜਾਓ। ਸਭ ਤੋਂ ਪਹਿਲਾਂ ਅਸੀਂ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਸਨੀ ਬਰਾੜ ਜੀ ਫਤਨ ਵਾਲਾ, ਜੋ ਕਿ ਦੱਸਦੀ ਹੈ ਰਾਜਾ ਵਿੜਿੰਗ ਜੀ ਦੇ ਨਿੱਜੀ ਉੱਥੇ ਗਿੱਦੜਵਾ ਦੇ ਕੰਮ ਕਾਜ ਸੰਭਾਲਦੇ ਆ, ਉਹਨਾਂ ਨੂੰ ਸਨਮਾਨ ਕਰਦੇ ਜੀ ਇੱਥੇ, ਨਿੱਘਾ ਸਵਾਗਤ ਉਹਨਾਂ ਦਾ ਪਹੁੰਚਣ 'ਤੇ। ਉਹਨਾਂ ਦੇ ਨਾਲ ਮਿੰਕੂ ਸਰਪੰਚ ਪਿੰਡ ਕੁੰਡਲਾ ਤੋਂ ਮੌਜੂਦਾ ਸਰਪੰਚ ਹੈ ਜੀ, ਸਾਡੇ ਅੱਜ ਦੇ ਦੂਜੇ ਮੁੱਖ ਮਹਿਮਾਨ ਉਹ ਹੈ ਜੀ, ਉਹਨਾਂ ਨੂੰ ਵੀ ਜੀ ਆਇਆਂ ਆਖਦੇ ਆ ਜੀ ਇੱਥੇ, ਧੰਨਵਾਦ ਕਰਦੇ ਹਾਂ ਉਹਨਾਂ ਦਾ ਵੀ ਦੋਨੇ। ਹਾਂਜੀ ਦੋਨੇ ਬਹੁਤ ਤਾੜੀਆਂ ਜੀ ਸਾਡੇ ਮੁੱਖ ਮਹਿਮਾਨਾਂ ਦੇ ਨਾਂ ਤੇ ਜੀ। ਹੋਰ ਕਿਹੜੀਆਂ ਵੀਰ ਬਾਕੀ ਸ਼ਾਮ ਨਾਮ ਅਨਾਊਂਸ ਕਰਦੇ ਆ ਜੀ ਉਹਨਾਂ ਦਾ। ਲਿਆਓ ਜੀ ਨਵੀਂ ਭਗਾਲਾ, ਸਭ ਤੋਂ ਪਹਿਲਾਂ ਆ ਜਾ ਜੱਗੀ ਪਿੱਛੇ ਆ ਜਾ ਇੱਧਰ, ਟੋਪੀ ਲਈ ਅੱਜ ਨਹੀਂ। ਸਭ ਤੋਂ ਪਹਿਲਾਂ ਸਾਡਾ ਵੀਰ ਨਵੀਂ ਭਗਾਲਾ ਜੀ, ਉਹ ਸਾਈਡ ਤੇ ਇੱਕ ਮਾਰਕਾ ਜੀ। ਹਾਂਜੀ ਅੱਗੇ
ਛਿੰਦੂ ਪੰਘਾਲਾ ਅੱਗੇ ਜੀ ਗੁਰਪਿਆਰ ਜੀ ਆ ਜਾਓ ਗੁਰਪਿਆਰ ਪੰਘਾਲਾ ਲਓ ਜੀ ਗੁਰਪਿਆਰ ਪੰਘਾਲਾ ਜੋ ਕਿ ਸਹਿਯੋਗ ਦੇ ਰਹੇ ਜੀ ਜਿੰਨੇ ਵੀ ਅੱਜ ਤੱਕ ਇੱਥੇ ਬਾਜੀਆਂ ਛੁੱਟੀਆਂ ਕਬੂਤਰ ਕੋਈ ਨੀ ਗਵਾਚਣ ਦਿੱਤਾ ਵੀਰਾਂ ਨੇ ਇਹਨਾਂ ਨੇ ਲਿਆ ਬਲਰਾਜ ਅਵਲ ਖਰਾਣਾ ਜੀ ਚਲੋ ਬੁਲਾਉਂਦੇ ਆ ਜੀ ਬਲਰਾਜ ਅਵਲ ਖਰਾਣੇ ਨੂੰ ਆਵਾਜ਼ ਮਾਰੋ ਜੀ ਸਮਿਤ ਚਕੜਾ ਗਰੁੱਪ ਆਓ ਜੀ ਹਾਂਜੀ ਇਸ ਤੋਂ ਅੱਗੇ ਜੀ ਕਿੰਦਰ ਪੰਘਾਲਾ ਜੀ ਕਿੰਦਰ ਪੰਘਾਲਾ ਆਓ ਜੀ ਕਿੰਦਰ ਜੀ ਵੀਰਾਂ ਦਾ ਅੱਜ ਤੱਕ ਕੋਈ ਕਬੂਤਰ ਨੀ ਗਵਾਚਣ ਦਿੱਤਾ ਇਹਨਾਂ ਨੇ ਪੰਘਾਲਾ ਵਾਲੇ ਵੀਰਾਂ ਨੇ ਗਿੱਲ ਮਲੋਟ ਜੀ ਜੋ ਕਿ ਗਿੱਲ ਮਲੋਟ ਜੀ ਅੱਗੇ ਜੀ ਭਿੰਦਰ ਪੰਘਾਲਾ ਜੀ ਕਬੂਤਰ ਜਿੰਨੇ ਵੀ ਅੱਜ ਡਿੱਗਣਗੇ ਲਿਆ ਕੇ ਸੁਲਤਾਨ ਢਾਬਾ ਜੀ ਆਓ ਜੀ ਆਓ ਜੀ ਸੁਲਤਾਨ ਜੀ ਸੁਲਤਾਨ ਢਾਬਾ ਜੀ ਜੋ ਕਿ ਆਪਣੇ ਪਿੰਡੋਂ ਰਿਸ਼ਤੇਦਾਰ ਹੈ ਜੀ ਆਪਣੇ ਚਾਚਾ ਜੀ ਦੀ ਬੇਟੀ ਵੇਹੀ ਇਹਨਾਂ ਨੂੰ ਕਬੂਤਰਬਾਜ਼ੀ ਦੇ ਬਹੁਤ ਵਧੀਆ ਸ਼ੌਕੀਨ ਹੈ ਜੀ ਤੇ ਕਬੂਤਰ ਵੀ ਇਹਨਾਂ ਦਾ ਪਿੰਡ ਬਾਦਲ ਜਿੱਤਿਆ ਸੀ ਗਾਜੀ ਦਾਦੂ ਵਾਲਾ ਗਾਜੀ ਦਾਦੂ ਵਾਲਾ ਸੁਲਤਾਨ ਗਿੱਲ ਤੇ ਚਲੋ ਸੁਲਤਾਨ ਨੂੰ ਦੇ ਦਿਓ ਗਾਜੀ ਦਾਦੂ ਵਾਲਾ ਉਸ ਤੋਂ ਅੱਗੇ ਕੁਲਦੀਪ ਪੰਘਾਲਾ ਆ ਪਿੰਡ ਤੋਂ ਜੀ ਅੱਗੇ ਵਿਜੇ ਪੰਘਾਲਾ ਜੀ ਵਿਜੇ ਪੰਘਾਲਾ ਆਵਾਜ਼ ਮਾਰਨ ਸਵਰਾਜ ਆਲਮਲਾ ਵਿਜੇ ਹੱਥ ਪਾਲਾ ਮਾੜਾ ਆ ਲਓ ਜੀ ਲਾਲਾ ਮਲੋਟ ਜੋ ਕਿ ਇਹਨਾਂ ਦਾ ਸਨਮਾਨ ਹੋ ਰਿਹਾ ਜੀ ਆਪਣੇ ਬਹੁਤ ਵਧੀਆ ਕਬੂਤਰਬਾਜ਼ੀ ਕਲੱਬ ਹੈ ਲੁਧਿਆਣੇ ਦਾ ਕਿਲ੍ਹਾ ਰਾਏਪੁਰ ਉੱਥੋਂ ਇਹ ਜਿੱਤੇ ਸੀ ਬਾਜੀ ਆਪਣੇ ਇਲਾਕੇ ਦੇ ਉਹਨਾਂ ਨੂੰ ਆਪਾਂ ਲਾਲਾ ਮਲੋਟ ਜੀ ਨੂੰ ਸਨਮਾਨਿਤ ਕਰ ਰਹੇ ਹਾਂ ਜੀ ਮੁਬਾਰਕਾਂ ਜੀ ਬਲਰਾਜ ਅਵਲ ਖਰਾਣਾ ਜੀ ਪਹੁੰਚਣ ਇੱਥੇ ਸਾਡੇ ਕਲੱਬ ਦੇ ਮੈਂਬਰ ਹੈ ਪਿੰਡ ਅਵਲ ਖਰਾਣੇ ਤੋਂ ਬਹੁਤ ਵਧੀਆ ਅੱਜ ਤੱਕ ਇਹਨਾਂ ਨੇ ਜਿਹੜੀ ਬਾਜੀ ਹੈ ਆਪਦੇ ਪਿੰਡ ਦੇ ਵਿੱਚ ਅਵਲ ਖਰਾਣੇ ਕਰਾਈ ਆ ਜੀ ਸੋ ਨਾਲ ਉਹਨਾਂ ਦੇ ਲਾਲੀ ਮਾਨ ਥਰਾਜ ਵਾਲੇ ਤੋਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਪਹੁੰਚਣ ਤੇ ਸੋ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਉੱਧਰ ਵੀ ਦੇ ਦੇ ਪਵਨ ਪੰਘਾਲਾ ਜੀ ਪਵਨ ਪੰਘਾਲਾ ਮੁਬਾਰਕਾਂ ਜੀ ਤੁਹਾਨੂੰ ਵੀ ਬਹੁਤ ਬਹੁਤ ਤੇ ਆਪਣੇ ਹੋ ਗਏ ਸੀ ਮੁੱਖ ਮਹਿਮਾਨਾਂ ਦੀਆਂ ਹੋਰ ਕੀ ਰਹਿ ਗਿਆ ਵੀਰੇ ਆਪਣਾ ਸਰਪੰਚ ਵਿਸਾਖਾ ਸਿੰਘ ਪੂਲੀ ਤੋਂ ਲੇਟ ਆਉਣਗੇ ਜੀ ਰਾਜ ਬਰੂ ਵਾਲਾ ਅੰਤਰਪ੍ਰੀਤ ਸਿੰਘ ਜੀ ਨੂੰ ਆਪਾਂ ਥੱਲੇ ਜਾ ਕੇ ਸਨਮਾਨ ਕਰਾਂਗੇ ਉਹਨਾਂ ਦਾ ਆਪਰੇਸ਼ਨ ਹੋਇਆ ਉੱਪਰ ਛੱਤ ਤੇ ਉਹਨਾਂ ਤੋਂ ਚੜ੍ਹਿਆ ਨਹੀਂ ਗਿਆ ਸੋ ਦੱਸ ਦਈਏ ਅੰਤਰਪ੍ਰੀਤ ਜੀ ਜੋ ਕਿ ਆਪਣੇ ਬਾਬਾ ਮੀਰਾਮ ਜੀ ਦੇ ਪੋਤੇ ਹਰਿੰਦਰ ਸਿੰਘ ਪੂਰਾ ਨਾਂ ਦੱਸੋ ਜੀ ਕੀ ਸੀ ਉਹਨਾਂ ਦਾ ਬਾਬਾ ਮੀਰਾਮ ਦਾ ਨਾਮ ਹੈ ਜੀ ਕਈ ਸੱਜਣ ਸਵਾਲ ਵੀ ਕਰਦੇ ਹੁੰਦੇ ਵੀ ਬਾਈ ਜੀ ਦਾ ਉਹਨਾਂ ਦਾ ਨਾਂ ਜੀ ਸਰਦਾਰ ਹਜੂਰਾ ਸਿੰਘ ਮੀਰਾ ਪਿੰਡ ਮਾਉ ਉਹਨਾਂ ਦੇ ਪੋਤਰੇ ਆ ਜੀ ਅੰਤਰਪ੍ਰੀਤ ਸਿੰਘ ਥੋੜਾ ਜਿਹਾ ਉਹਨਾਂ ਦਾ ਪ੍ਰਸ਼ਨ ਹੋਇਆ ਇਸ ਕਰਕੇ ਅੱਜ ਚਲੋ ਲਾਈਵ ਚੱਲਦੀ ਆਪਾਂ ਉਹਨਾਂ ਨੂੰ ਥੱਲੇ ਸਨਮਾਨਿਤ ਕਰਨਾ ਜੀ ਦਿਓ ਜੀ ਉਹਨਾਂ ਦਾ ਕਿੱਥੇ ਅੰਤਰਪ੍ਰੀਤ ਜੀ ਦਾ ਕਿਉਂਕਿ ਉਹਨਾਂ ਤੋਂ ਉਹਨਾਂ ਜੀ ਆ ਜਾਓ ਰੋਬਟ ਔਰ ਲਾਈਵ ਲਈ ਆ ਵੀਰੇ ਨਾਲ ਆ ਗਿਆ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਦੇ ਦਾਦਾ ਜੀ ਬਹੁਤ ਵੱਡੇ ਸਟਾਰ ਪਲੇਅਰ ਸੀ ਸੋ ਪਹਿਲਾਂ ਤਾਂ ਤੁਹਾਡਾ ਨਿੱਘਾ ਜਿਹਾ ਸਵਾਗਤ ਹੈ ਜੀ ਇੱਥੇ ਪਹੁੰਚਣ ਦੇ ਲਈ
ਤੇ ਇਹ ਨੇ ਆਪਣੇ ਬਾਬਾ ਜੀ ਮੀਰ ਆਪ ਦੇ ਪੋਤੇ। ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ, ਕਿਉਂਕਿ ਉੱਪਰ ਇਹ ਚੜ੍ਹ ਨਹੀਂ ਸਕੇ, ਇਹਨਾਂ ਦਾ ਓਪਰੇਸ਼ਨ ਹੋਇਆ ਹੋਇਆ, ਇਸ ਕਰਕੇ ਅਸੀਂ ਥੱਲੇ ਆ ਕੇ ਇਹਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ। ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਚਾਹ ਪਾਣੀ ਪਿਓ ਜੀ ਵੀਰ ਨੂੰ। ਆ ਜਾਓ ਜੀ, ਇੱਥੇ ਤਾਂ ਚੜ੍ਹ ਜਾਓ। ਹਾਂ ਇੱਧਰ ਆ ਜਾਓ। ਤੋ ਸਾ ਜਿਹੜਾ ਲਾਈਵ ਹੋਵਾਂਗੇ ਜੀ, ਦਿਖਾਇਓ। ਆ ਜਾਓ ਜੀ, ਆਉਂਦੇ ਆ ਸਾਰੇ ਬੰਦੇ। ਉਹ ਹੋ ਜਾਓ ਖੜੇ। ਉਹ ਕੋਈ ਨੀ, ਤੂੰ ਜਿਹੜੇ ਹੁਣ ਬਣੀ ਜਾ ਕੱਟ ਲਈ ਥੱਲੇ ਪਾਸ ਹੋ ਜਾਓ ਬਾਈ। ਹੋ ਜਾਓ ਆ ਜਗਦੇਵ, ਤੂੰ ਵੀ ਆ ਇੱਕ ਮਿੰਟ। ਆ ਜਗਦੇਵ ਆ ਯਾਰ, ਸਾਰੇ ਜਾਣੇ ਆਓ। ਆਓ ਜੀ, ਇੱਥੇ ਮੂਹਰੇ 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 ਆ ਜਾਓ ਜੀ। ਠੀਕ ਹੈ ਜੀ, ਵਧੀਆ ਬਾਈ ਆਪਣੇ ਸੁਣਾਓ। ਗੈਸ ਬਣੀ ਜਾਂਦਾ ਖੜੇ ਉੱਥੇ ਦੇਖੀ ਜਾਂਦਾ ਤਾਂ ਮੂੰਹ ਚੱਕ ਰੱਖੇ। 55 ਮੈਨੂੰ ਕਰ ਲੈ ਫੋਨ, ਅੱਗੇ ਕਿਹੜਾ ਬੰਦਾ ਫੋਨ ਨਹੀਂ ਚੱਕਦਾ। ਹਾਂ ਨੇੜੇ ਹੀ ਆ ਨਿਗਾਹ ਰੱਖ ਲੋ ਆਪਦੀ, ਤਿੰਨ ਕਬੂਤਰ ਰਹਿ ਗਏ ਆ, ਦੋਨਾਂ ਦੀ ਨਿਗਾਹ ਰੱਖ ਲੋ ਬਾਈ ਆਪਦਿਆਂ ਦੀ। ਕਬੂਤਰ ਲੰਡੀ ਵੀ ਡਿੱਗ ਸਕਦੀ ਆ ਬਾਈ, ਜਾਂਟੇ ਵਾਲਾ ਵੀ ਡਿੱਗ ਸਕਦਾ, ਸਾਰੇ ਸਾਰੇ ਡਿੱਗ ਸਕਦੇ, ਸਾਰੇ ਕਬੂਤਰ ਡਿੱਗ ਸਕਦੇ। ਉਹਨਾਂ ਦੱਸਿਆ ਨਹੀਂ ਭਾਗ ਸਰ ਵਾਲਿਆਂ ਦਾ ਹਜੇ। ਚਲੋ ਜੇ ਉਹ ਨਹੀਂ ਦੱਸਿਆ ਤੇ ਉਹਦਾ ਨਿਗਾਹ ਰੱਖ ਲੋ ਲੰਡੀ ਦਾ ਫਿਰਦੀ, ਫਿਰਦਾ ਦੋਨੇ ਕਬੂਤਰ ਫਿਰਦੇ, ਬਾਕੀ ਦੇ ਹੋਏਗਾ ਉਹ ਹੀ ਕਬੂਤਰ ਹੈ ਜੀ, ਇੱਕ ਉਹ ਫਿਰਦਾ ਇੱਕ ਆਹ ਫਿਰਦਾ। ਚਲੋ ਜੇ ਭਾਗ ਸਰ ਵਾਲਾ ਉੱਚਾ ਖੜਾ ਜਾ ਕਿਤੇ ਹੈਗਾ, ਆਪਾਂ ਨੂੰ ਕੀ ਪਤਾ, ਉੱਚਾ ਪਾਣੀ ਦੀਦਾ ਐਵੇਂ ਕਹਿ ਦਈਏ। ਉੱਚਾ ਹੋਇਆ ਤਾਂ ਬਾਈ ਆ ਜੂਗਾ, ਕਿਉਂਕਿ ਟਾਈਮ ਅੱਧਾ ਘਾਟਾ ਮਿਲਣਾ। ਕਿਉਂ ਜੀ ਟਾਈਮ ਤਾਂ ਮਿਲਦਾ ਮਿਲਦਾ ਐ ਮਿਲਣਾ ਅੱਧਾ ਘਾਟਾ। ਉਹ ਕਿੱਧਰ ਗਿਆ ਬਾਈ ਜੱਟ ਵਾਲਾ ਕਬੂਤਰ? ਨਿਗਾਹ ਰੱਖ ਲਓ ਬਈ, ਜਮਾ ਜੇ ਤਾਰ ਦੇ ਨੇੜੇ ਹੋ ਮੁੰਡਿਓ, ਤਿੰਨੇ ਕਬੂਤਰ ਡਿੱਗਦੇ ਫਿਰਦੇ ਤਿੰਨੇ ਹੀ ਸਿੱਧਾ ਉੱਤੇ ਆਈ ਜਾਂਦਾ।
ਉਹ ਤੁਸੀਂ ਪਾਰਟੀ ਵਾਲੇ ਲੰਡੀ ਦੀ ਨਿਗਾਹ ਰੱਖ ਲਓ ਤੇ ਤੁਸੀਂ ਬਾਈ ਦੂਜਿਆਂ ਦੀ ਰੱਖ ਲਓ ਆਪਦੀ ਨਿਗਾਹ ਤਿੰਨ ਕਬੂਤਰ ਹੁਣ ਤਿੰਨਾਂ ਤੋਂ ਇਲਾਵਾ ਚੌਥਾ ਦੋਨੇ ਇੱਕ ਦੂਜੇ ਦੀ ਨਿਗਾਹ ਰੱਖੋ ਬਾਈ ਫੇਰ ਨਾ ਕਹਿ ਦਿਓ ਨੰਬਰਦਾਰ ਲੰਘੇਣਾ ਗੁਰਜੰਟ ਸਿੰਘ ਆਲਮਾਲਾ ਤੇ ਨੇਤਾ ਭਾਗਸਰ ਤਿੰਨੇ ਬਹਿੰਦੇ ਫਿਰਦੇ ਵੇਖੋ ਕਿਹਦੀ ਕਿਸਮਤ ਆ ਜੀ ਦੋਵਾਂ ਦੀ ਸਾਂਝੀ ਹੈ ਨੰਬਰਦਾਰ ਬਾਹਰ ਉੱਠ ਗਈ ਯਾਰ ਬਾਈ ਨਿਗਾਹ ਰੱਖ ਲਿਓ ਇੱਕ ਦੂਜੇ ਦੇ ਐਂਟੀ ਕਬੂਤਰਾਂ ਦੇ ਫੇਰ ਨਾ ਕਹਿ ਦਿਓ ਇੱਥੇ ਆਪਣੇ ਲੰਡੀ ਵੜ ਗਈ ਜੀ ਉਹ ਵੜ ਗਈ ਲੰਡੀ ਬਹਿ ਗਈ ਬਈ ਓਏ ਉਹ ਬਹਿ ਗਈ ਜੀ ਉਹ ਬਹਿ ਗਈ ਤਾਂ ਕੇ ਦੇਖ ਲਓ ਬਹਿ ਗਈ ਲੰਡੀ ਬਹਿ ਗਈ ਜੀ ਉੱਥੇ ਲੰਡੀ ਬਹਿ ਗਈ ਬਹਿ ਗਈ ਜੀ ਉਹ ਨਹੀਂ ਬੈਠ ਕੇ ਤੇ ਆ ਟੱਚੀ ਮਾਰ ਗਈ ਟੱਚ ਲੱਗਾ ਜਾਂ ਬਹਿ ਗਈ ਟੱਚ ਨਹੀਂ ਗਾ ਟੱਚ ਨਹੀਂ ਗਾ ਜੇ ਬਹਿ ਗਈ ਫੇਰ ਆ ਟੱਚ ਨਹੀਂ ਗਾ ਜੇ ਬਹਿ ਗਈ ਫੇਰ ਬਹਿ ਗਈ ਆ ਬਹਿ ਗਈ ਇਹ ਕਹਿੰਦਾ ਹਾਂ ਫੇਰ ਕੋਈ ਗੱਲ ਨਹੀਂ ਓਏ ਉੱਥੇ ਦੀ ਲੰਡੀ ਉੱਡੀ ਆ ਯਾਰ ਉੱਡੀ ਬਾਈ ਉੱਡੇ ਉਹ ਬੈਠੀ ਰੁੱਟਾ ਟੱਚ ਨਹੀਂ ਮਾਰਿਆ ਟੱਚ ਆਏ ਨਹੀਂ ਟੱਚ ਆਇਆ ਬੈਠੀ ਨਹੀਂ ਗਈ ਬਾਈ ਰਾਜ ਦਾ ਵੀ ਕਬੂਤਰ ਨਹੀਂ ਕੱਟਿਆ ਨਿਗਾਹ ਰੱਖ ਲੋ ਲੰਡੀ ਦੀ ਨਿਗਾਹ ਲਓ ਬੈਂਦੀ ਫੁੱਲ ਚ ਮਾਰਿਆ ਨੇਤੇ ਵੀਰਾ ਨਿਗਾਹ ਰੱਖਿਓ ਕਬੂਤਰ ਆ ਸ਼ਾਮ ਬਹੁਤ ਚੰਗਾ ਫਿਰਦਾ ਉੱਚਾ ਸਾਰੇ ਆਪਦੇ ਕੋਸੇ ਚਾਲ ਇੱਕੋ ਜਿਹੇ ਚਾਲ ਚੰਗੇ ਜਿਹੜੇ ਫਿਰਦੇ ਸਾਰੇ ਚੰਗੇ ਫਿਰਦੇ ਜਿਹੜੇ ਤਿੰਨੇ ਹੈਗੇ ਬਾਅਦ ਦਾ ਪਤਾ ਲੱਗੂਗਾ ਵੀ ਚੰਗਾ ਕਿਹੜਾ ਬੜਾ ਜਿਹੜੀ ਫਿਰਦੀ ਆ ਗਈ ਤੁਹਾਡੇ ਤੇ ਆ ਤੁਹਾਡੇ ਉੱਤੇ ਆ ਗਈ ਤੁਹਾਡੇ ਉੱਤੇ ਹੀ ਆ ਗਈ ਕਹੋ ਕਬੂਤਰੀ ਆਈ ਜਾਂਦੀ ਛੱਪੜ ਤੇ ਮੋਸ਼ੇ ਦਾ ਡੈਡੀ ਖੜਾ ਦੱਸੀ ਹੈਗੀ ਮੋਸ਼ੇ ਵੀਰ ਹੈਗੀ ਆ ਤੇਰਾ ਡੈਡੀ ਵੀ ਖੜਾ ਬਾਈ ਗੰਟਾ ਮੇਰੇ ਕੋਲ ਤਿੰਨ ਫਿਰਦੇ ਕਬੂਤਰ ਨਹੀਂ ਮੰਨਦੇ ਤੁਹਾਡਾ ਵੇਖੋ ਕਿੱਥੇ ਆ ਬਾਬਾ ਤੂਰ ਤੇ ਜਿੰਦਾ ਬਾਬਾ ਕਨੇਡਾ ਤੇ ਹੋਰ ਵੀ ਜਿੰਨੇ ਐਨ ਆਰ ਆਈ ਵੀਰ ਹੈ ਜੋ ਅੱਜ ਗੁਰਜੰਟ ਸਿੰਘ ਆਲਮਾਲਾ ਕਬੂਤਰਬਾਜੀ ਕਲੱਬ ਭੰਗਾਲਾ ਬਾਜੀ ਸੀ ਉਹਦੇ ਵਿੱਚ ਨੌ ਕਬੂਤਰ ਰਹਿ ਗਏ ਸੀ ਜੀ ਅੱਠਾਂ ਦੀ ਇੱਕ ਪਾਸੇ ਸਾਂਝੀ ਸੀ ਇੱਕ ਕਬੂਤਰ ਇੱਕ ਪਾਸੇ ਸੀ ਅਖੀਰ ਨੂੰ ਤਿੰਨ ਕਬੂਤਰ ਰਹਿ ਗਏ ਸੀ ਜੀ ਨੇਤਾ ਭਾਗਸਰ ਗੁਰਜੰਟ ਸਿੰਘ ਆਲਮਾਲਾ ਅਤੇ ਨੰਬਰਦਾਰ ਲੰਘਿਆਣਾ ਜੋ ਕਿ ਨੰਬਰਦਾਰ ਲੰਘਿਆਣੇ ਦੀ ਕਬੂਤਰੀ ਡਿੱਗ ਪਈ ਆ ਦੋਵਾਂ ਦੀ ਸਾਂਝੀ ਸੀ ਸੋ ਵਿਨਰ ਰਹਿ ਗਏ ਜੀ ਗੁਰਜੰਟ ਸਿੰਘ ਆਲਮਾਲਾ ਅਤੇ ਨੇਤਾ ਭਾਗਸਰ ਜੀ ਮੁਬਾਰਕਾਂ ਦਿੰਦੇ ਹਾਂ ਜੀ ਅਸੀਂ ਕਾਕਾ ਕਨੇਡਾ ਚੱਕੜਾ ਗਰੁੱਪ ਦੀ ਟੀਮ ਸਾਰੇ ਵੀਰਾਂ ਨੂੰ ਕਿ ਨੇਤਾ ਭਾਗਸਰ ਅਤੇ ਗੁਰਜੰਟ ਸਿੰਘ ਆਲਮਾਲਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜੰਟੇ ਵਾਲੀ ਆ ਗਈ ਤੁਸੀਂ ਆਪਦੇ ਕਲੱਬ ਦੀ ਬਾਜੀ ਜਿੱਤੇ ਹੋ ਜੀ ਕਿਹੋ ਜਿਹਾ ਮਹਿਸੂਸ ਹੁੰਦਾ ਤੁਹਾਨੂੰ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਦਿੰਦੇ ਹਾਂ ਜੀ ਕਾਕਾ ਕਨੇਡਾ ਚੱਕੜਾ ਗਰੁੱਪ ਦੀ ਜਿਹੜੀ ਟੀਮ ਹੈ ਅੱਜ
ਵਿਨਰ ਰਹੇ ਜੀ ਪੰਗਾਲਾ ਤੋਂ ਗੁਰਜੰਟ ਸਿੰਘ ਆਲਮਾਲਾ ਤੇ ਨੇਤਾ ਭਾਗਸਰ ਸੋ ਨਾਲ ਮੂਸ਼ੀ ਦੇ ਡੈਡੀ ਆ ਜੀ ਤੇ ਬੜੀ ਲੰਬੀ ਰੇਸ ਲੱਗੀ ਜਿਹੜਾ ਇੱਕ ਕਬੂਤਰ ਨੂੰ ਬਾਹਰ ਕੱਢਿਆ ਗਿਆ ਸੀਗਾ ਬਹੁਤ ਜਿੱਤਹਾਰ ਚ ਮਤਲਬ ਲੰਬਾ ਚੌੜਾ ਆ ਰਿਹਾ ਜੀ ਸੋ ਸਾਰੇ ਵੀਰਾਂ ਨੂੰ ਜਿੰਨੇ ਐਨ ਆਰ ਆਈ ਵੀਰ ਹੈ ਸਹਿਯੋਗ ਦਿੱਤਾ ਸਾਡੀ ਬਾਜੀ ਦੇ ਵਿੱਚ ਬਾਈ ਜੀ ਬਿੱਟੂ ਬੇਗਮਪੁਰੀਆ ਬਾਈ ਜੀ ਗੁਰਪ੍ਰੀਤ ਸਿੱਧੂ ਬਾਬਾ ਤੂਰ ਤੇ ਜਿੰਦਾ ਬਾਬਾ ਕਨੇਡਾ ਤੇ ਸਾਡੇ ਵੀਰ ਜਿਨ੍ਹਾਂ ਨੇ ਕਲੱਬ ਬਹੁਤ ਵੱਡਾ ਸਹਿਯੋਗ ਦਿੱਤਾ ਜੀ ਕਨੇਡਾ ਬਾਈ ਜੀ ਮੁਬਾਰਕਾਂ ਬਹੁਤ ਵਧੀਆ ਬਿਨਾਂ ਰੌਲੇ ਤੋਂ ਜਿਹੜੀ ਬਾਜੀ ਹੈ ਵਿਨਰ ਹੋ ਗਈ ਹੈ ਜੀ ਆਪਣੇ ਟਾਈਮ ਵੀ ਹੋ ਗਿਆ ਚਾਰ ਤੇ ਬਾਜੀ ਜਿਹੜੀ ਜਿੱਤਣੀ ਹੈ ਜੀ ਬਾਈ ਜੀ ਗੁਰਜੰਟ ਸਿੰਘ ਆਲਮਾਲਾ ਨੇ ਸੋ ਮੁਬਾਰਕਾਂ ਜੀ ਸਾਰੇ ਵੀਰਾਂ ਨੂੰ ਵਧਾਈਆਂ ਸਤਿ ਸ੍ਰੀ ਅਕਾਲ ਜੀ ਆ ਫਿਰਦਾ ਜੀ ਗੁਰਜੰਟ ਸਿੰਘ ਆਲਮਾਲਾ ਜਾ ਰਿਹਾ ਜੀ ਬਾਈ ਜੀ ਨੇਤਾ ਭਾਗਸਰ ਦੇ ਭਤੀਜੇ ਆਪਣੇ ਨਾਲ ਕਿਵੇਂ ਮਹਿਸੂਸ ਹੋ ਰਿਹਾ ਜੀ ਤੁਹਾਨੂੰ ਜਿਹੜੀ ਬਾਜੀ ਵਿਨਰ ਕੀਤੀ ਹੈ ਤੁਸੀਂ ਬਹੁਤ ਵਧੀਆ ਜੀ ਮੁਬਾਰਕਾਂ ਜੀ ਅੱਜ ਸਨਮਾਨਿਤ ਵੀ ਕੀਤਾ ਗਿਆ ਸੀ ਬਾਈ ਜੀ ਨੇਤਾ ਭਾਗਸਰ ਨੂੰ ਠੀਕ ਸੋ ਬਹੁਤ ਖੁਸ਼ੀ ਆ ਜੀ ਮੁਬਾਰਕਾਂ ਤੁਹਾਨੂੰ ਜੀ ਨਾਲ ਹੀ ਵੀਰ ਕਿੱਥੋਂ ਆਏ ਹੋ ਮੋਦਲੇ ਵਾਲੇ ਤੋਂ ਕੀ ਨਾਂ ਆਪਣਾ ਜਰਨੈਲ ਸਿੰਘ ਜੀ ਇਹਨਾਂ ਦੀ ਵੀ ਕਬੂਤਰੀ ਇੱਕ ਰੌਲੇ 'ਚ ਚੱਲ ਰਹੀ ਸੀ ਪਰ ਮੁੜੀ ਨਹੀਂ ਜੀ ਉੱਤੋਂ ਵੀਰ ਦੀ ਸੋ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਇੱਥੇ ਆਇਆਂ ਨੂੰ ਨਾਲ ਵੀਰ ਇੱਕ ਦੋ ਹੋਰ ਬੈਠੇ ਆ ਜੀ ਬੜਾ ਮੁਸਕਰਾ ਰਹੇ ਕੀ ਨਾਮ ਹੈ ਜੀ ਕਿੱਥੋਂ ਆਏ ਜੀ ਅਪਲੋਡ ਕਰਾਂਗੇ ਨਾਲ ਆਪਣੇ ਵੀਰ ਆਏ ਹੋਏ ਆ ਨਜ਼ਦੀਕੀ ਆ ਜੀ ਦੱਸ ਦਈਏ ਮੋਹਨ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਮਹਿੰਗਾ ਮਿਸ਼ਰੀ ਹਾਂਜੀ ਸੋ ਮੁਬਾਰਕਾਂ ਜੀ ਸਾਰੇ ਹਾਂਜੀ ਹਾਂਜੀ ਆਪਣੇ ਫੌਜੀ ਆ ਜੀ ਬੜੀਆਂ ਖੁਸ਼ੀਆਂ ਮਨਾ ਰਹੇ ਆ ਦੱਸ ਦਈਏ ਫਿਰ ਗੁਰਜੰਟ ਸਿੰਘ ਆਲਮਾਲਾ ਦੇਖੋ ਜੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਅੱਜ ਉਹਨਾਂ ਦਾ ਪਿਛਲੇ ਸਾਲ ਵੀ ਇੱਥੋਂ ਇਹਨਾਂ ਨੇ ਵਿਨਰ ਰਹੇ ਸੀਗੇ ਜੀ ਪੰਘਾਲਾ ਪਿੰਡ ਤੋਂ ਜੋ ਕਿ ਇਹਨਾਂ ਨੇ ਕੀ ਦਿੱਤਾ ਸੀ ਉਦੋਂ ਪ੍ਰੈਸ ਕੱਪੜੇ ਕਰਨ ਨੂੰ ਦਿੱਤੀ ਸੀਗੀ ਜੀ ਤੇ ਐਤਕੀ ਠੰਡੀ ਹਵਾ ਨੂੰ ਕੂਲਰ ਕੱਲਾ ਰਹਿ ਗਿਆ ਤੇ ਐਤਕੀ ਵੀ ਬਾਈ ਦਾ ਕਬੂਤਰ ਵਿਨਰ ਹੋਇਆ ਜੀ ਮੁਬਾਰਕਾਂ ਤੁਹਾਨੂੰ ਸਾਰੇ ਵੀਰਾਂ ਵੀ ਕਬੂਤਰ ਉੱਡੀ ਜਾਂਦਾ ਜੀ ਜਿੱਤ ਕੇ ਤੇ ਸਾਰੇ ਵੀਰਾਂ ਨੂੰ ਮੁਬਾਰਕਾਂ ਸਤਿ ਸ਼੍ਰੀ ਅਕਾਲ ਕਰ ਦਿਓ ਜੀ ਸ਼ੇਰ ਬਾਤ ਬਾਈ ਜੰਟਾ ਆਲਮਾਲਾ ਕਬੂਤਰਬਾਜੀ ਕਲੱਬ ਜਿਸ ਦੀਆਂ ਦੋ ਬਾਜੀਆਂ ਸੀਗੀਆਂ ਜੀ ਪਹਿਲੀ ਬਾਜੀ ਮੁੰਡਿਆਂ ਦੀ ਉੱਡੀ ਸੀ ਬਹੁਤ ਵਧੀਆ ਸਾਫ਼ ਸੁਥਰੀ ਬਾਜੀ ਉੱਡੀ ਹੈ ਦੂਜੀ ਬਾਜੀ ਪਿੰਡ ਪੰਘਾਲਾ ਜੋ ਕਿ ਅੱਜ ਪਿੰਡ ਪੰਘਾਲਾ ਬਾਜੀ ਸੀ ਜੀ ਜਿਹਦੇ ਵਿੱਚ ਵਿਨਰ ਬਾਈ ਜੀ ਗੁਰਜੰਟ ਸਿੰਘ ਆਲਮਾਲਾ ਅਤੇ ਨੇਤਾ ਭਾਗਸਰ ਉਹਨਾਂ ਨੂੰ ਵਧਾਈ ਦਿੰਦੇ ਹਾਂ ਜੀ ਸਾਡੀ ਟੀਮ ਕਾਕਾ ਕਨੇਡਾ ਚੱਕੜਾ ਗਰੁੱਪ ਅਤੇ ਨਾਲ ਐੱਨ ਆਰ ਆਈ ਬ੍ਰਦਰਸ ਜਿਹਦੇ ਵਿੱਚ ਗੁਰਪ੍ਰੀਤ ਸਿੱਧੂ ਬਾਈ ਜੀ ਜਿੰਦਾ ਬਾਬਾ ਕਨੇਡਾ ਬਾਈ ਜੀ ਬਿੱਟੂ ਬੇਗਮਪੁਰੀਆ ਬਾਈ ਜੀ ਬਾਵਾ ਤੂਰ ਅਤੇ ਹੋਰ ਵੀ ਉਹਨਾਂ ਦੇ ਜਿੰਨੇ ਫਰੈਂਡ ਹੈ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਜੀ ਸਭ ਤੋਂ ਵੱਡੀ ਵਧਾਈ ਸਾਡੇ ਵੀਰ ਬਾਈ ਜੀ ਪ੍ਰੀਤ ਸਿੱਧੂ ਕਾਕਾ ਕਨੇਡਾ ਜੀ ਨੂੰ ਜਿਨ੍ਹਾਂ ਨੇ ਇਸ ਕਲੱਬ ਦੀ ਜੜ੍ਹ ਇੱਕ ਬੂਟਾ ਲਾਇਆ ਸੀਗਾ ਨੀਂਹ ਪੱਥਰ ਰੱਖਿਆ ਸੀ ਸੋ ਉਹਨਾਂ ਦੀਆਂ ਦੋ ਬਾਜੀਆਂ ਬਹੁਤ ਹੀ ਵਧੀਆ ਬਾਜੀਆਂ ਰਹੀਆਂ ਜੀ ਵਧਾਈ ਦਿੰਦੇ ਹਾਂ ਬਾਈ ਜੀ ਪ੍ਰੀਤ ਸਿੱਧੂ ਕਾਕਾ ਕਨੇਡਾ ਨੂੰ ਜਿਨ੍ਹਾਂ ਨੇ ਅੱਜ ਗੁਰਜੰਟ ਸਿੰਘ ਆਲਮਾਲਾ ਨੂੰ ਸਨਮਾਨਿਤ ਵੀ ਕੀਤਾ ਕੂਲਰ ਦੇ ਨਾਲ ਸੋ ਅਸੀਂ ਸਾਰੇ ਇਕੱਠੇ ਹੋਏ ਸੀ ਅੱਜ ਪਿੰਡ ਪੰਘਾਲਾ ਸੋ ਮੁਬਾਰਕਾਂ ਦਿੰਦੇ ਹਾਂ ਜੀ ਜਿਹੜੇ ਵੀਰ ਜਿੱਤੇ ਆ ਨਾਲ ਆਪਣੇ ਹੋਰ ਵੀ ਵੀਰ ਬੈਠੇ ਆਏ ਹੋਏ ਬੜੀ ਖੁਸ਼ੀ ਦਾ ਅੱਜ ਦਿਨ ਹੈ ਜੀ ਕਿਉਂਕਿ ਕੋਈ ਰੌਲਾ ਨਹੀਂ ਬਾਜੀ ਵਿੱਚ ਰੱਬਾ ਨਹੀਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿੱਤਿਆਂ ਨੂੰ ਵਧਾਈਆਂ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਾਕਾ ਕਨੇਡਾ ਚੱਕੜਾ ਗਰੁੱਪ ਵੱਲੋਂ ਅਤੇ ਜਿੰਨੇ ਵੀ ਮੇਰੇ ਐੱਨ ਆਰ ਆਈ ਬ੍ਰਦਰਸ ਨਾਲ ਜੁੜੇ ਆ ਜੀ ਬਾਈ ਜੀ ਬਿੱਟੂ ਬੇਗਮਪੁਰੀਆ ਬਾਈ ਜੀ ਜਿੰਦਾ ਬਾਬਾ ਕਨੇਡਾ ਬਾਈ ਬਾਵਾ ਤੂਰ ਅਤੇ ਬਿੱਟੂ ਬੇਗਮਪੁਰੀਆ ਬਾਈ ਜੀ ਗੁਰਪ੍ਰੀਤ ਸਿੱਧੂ ਸੋ ਮੁਬਾਰਕਾਂ ਜੀ ਉਹਨਾਂ ਨੂੰ ਅੱਜ ਪਿੰਡ ਪੰਘਾਲਾਂ ਦੇ ਵਿੱਚ ਜੋ ਕਿ ਬਾਜੀ ਹੋਣ ਜਾ ਰਹੀ ਹੈ ਜੀ
ਆਪਣੇ ਦੂਜੀ ਬਾਜੀ ਕਲੱਬ ਦੀ ਗੁਰਜੰਟ ਸਿੰਘ ਆਲਮਾਲਾ ਕਲੱਬ ਦੀ ਦੂਜੀ ਬਾਜੀ ਹੋਣ ਜਾ ਰਹੀ ਹੈ ਜੀ। ਸੋ ਦਿਖਾਉਂਦੇ ਹਾਂ ਤੁਹਾਨੂੰ ਬਾਜੀ ਦਾ ਮਾਹੌਲ ਕੁਛ, ਆਓ ਲੈ ਕੇ ਚੱਲਦੇ ਜੀ ਬਾਜੀ ਦੇ ਵਿੱਚ ਆ ਜਾਓ। ਬਾਈ ਜੀ ਨੇਤਾ ਭਾਗ ਸਰ ਦੇ ਨਾਂ 'ਤੇ ਕਬੂਤਰ ਛੁੱਟਿਆ ਸੀਗਾ ਜੀ ਅਤੇ ਵਿਨਰ ਰਿਹਾ ਜੀ, ਜੋ ਕਿ ਛਤਰੀ 'ਤੇ ਆਇਆ, ਛਤਰੀ 'ਤੇ ਬਿਠਾਇਆ ਗਿਆ ਜੀ ਕਬੂਤਰ, ਬਹੁਤ ਹੀ ਵਧੀਆ ਕਬੂਤਰ ਹੈ ਅਤੇ ਮੁਬਾਰਕਾਂ ਤਾਂ ਇਸ ਕਬੂਤਰ ਨੂੰ ਦੇਵਾਂਗੇ ਜੀ ਅਸੀਂ ਕਿ ਜਿਹਨੇ ਬਹੁਤ ਹੀ ਤਹਿ ਦਿਲ ਦੇ ਨਾਲ ਆਪਦਾ ਜ਼ੋਰ ਵਿਖਾਇਆ ਅਤੇ ਬਾਜੀ ਨੂੰ ਵਿਨਰ ਕੀਤਾ ਜੀ। ਉਹ ਮੁਬਾਰਕਾਂ ਆਪਾਂ ਮੰਗੇ ਨੂੰ ਵੀ ਕਿ ਬਹੁਤ ਖੁਸ਼ੀ ਹੈ ਜੀ ਅੱਜ ਤੁਸੀਂ ਬਾਜੀ ਜਿੱਤੇ ਹੋ, ਇਹਨੂੰ ਦਿਓ ਜੀ ਕੋਈ ਬਾਈ ਵਾਲਾ ਕਬੂਤਰ ਨਹੀਂ ਆ ਜਾਂਦੇ ਉਸ ਤੋਂ ਬਾਅਦ ਸਾਡੇ ਜੋ ਕਲੱਬ ਦੀ ਨੀਂਹ ਰੱਖੀ ਸੀ ਬਾਈ ਜੀ ਕਾਕਾ ਕਨੇਡਾ ਜੀ ਨੇ, ਸਿੱਧੂ ਕਾਕਾ ਕਨੇਡਾ ਜੀ ਨੇ ਨੀਂਹ ਰੱਖੀ ਸੀ ਜੰਟਾ ਆਲਮਾਲਾ ਕਬੂਤਰਬਾਜੀ ਕਲੱਬ, ਉਹਦੇ ਨਾਲ ਉਹਨਾਂ ਦੇ ਸਹਿਯੋਗੀ ਸੱਜਣ ਜੋ ਕਿ ਐੱਨ ਆਰ ਆਈ ਵੀਰ ਬਿੱਟੂ ਬੇਗਮਪੁਰੀਆ, ਨਾਲ ਬਾਬਾ ਤੂਰ ਜੀ, ਗੁਰਪ੍ਰੀਤ ਸਿੱਧੂ ਅਤੇ ਜਿੰਦਾ ਬਾਬਾ ਕਨੇਡਾ ਅਤੇ ਵੀਰ ਜੱਗਾ ਕਹਿਲਗਰੀ, ਜੋ ਉਹਨਾਂ ਨੇ ਬਹੁਤ ਸਾਥ ਦਿੱਤਾ ਜੀ ਉਹਨਾਂ ਦਾ, ਇਸ ਕਲੱਬ ਨੂੰ ਬੜੀਆਂ ਬੁਲੰਦੀਆਂ 'ਤੇ ਲੈ ਕੇ ਗਏ ਆ ਵੀਰ ਐੱਨ ਆਰ ਆਈ ਵੀਰ ਜਿੰਨੇ ਵੀ ਆ ਸਾਰਿਆਂ ਨੂੰ ਉਹਨਾਂ ਦੀ ਅਸੀਂ ਵਧਾਈ ਦਿੰਦੇ ਹਾਂ। ਅਤੇ ਅੱਜ ਬਾਈ ਜੀ ਗੁਰਜੰਟ ਸਿੰਘ ਆਲਮਾਲਾ ਜੋ ਵਿਨਰ ਹੋਏ ਆ ਅਤੇ ਅਮਰਜੀਤ ਮੁਸ਼ੀਲ ਹੋਇਆ ਬੜੀ ਬਾਈ ਜੀ ਜਗਦੇਵ ਭੰਗਾਲ ਅਤੇ ਹੋਰ ਵੀ ਜਿੰਨੇ ਸਾਡੇ ਕਲੱਬ ਦੇ ਮੈਂਬਰ ਹੈ ਸਾਰਿਆਂ ਨੂੰ ਮੁਬਾਰਕਾਂ ਦਿੰਦੇ, ਕਿਉਂਕਿ ਬਹੁਤ ਵਧੀਆ ਸਾਫ਼ ਸੁਥਰੀਆਂ ਜਿਹੜੀਆਂ ਦੋ ਬਾਜੀਆਂ ਹੋਈਆਂ ਜੀ, ਬਹੁਤ ਹੀ ਵਧੀਆ ਬਾਜੀਆਂ ਹੋਈਆਂ। ਦੁਬਾਰਾ ਤੋਂ ਫਿਰ ਸ਼ੁਕਰੀਆ ਕਰਦੇ ਜੀ ਬਿੱਟੂ ਬੇਗਮਪੁਰੀਆ, ਬਾਬਾ ਤੂਰ, ਗੁਰਪ੍ਰੀਤ ਸਿੱਧੂ, ਜਿੰਦਾ ਬਾਬਾ ਕਨੇਡਾ ਅਤੇ ਜੱਗਾ ਕਹਿਲਗਰੀ ਜੀ ਦਾ, ਅਤੇ ਥੈਂਕ ਯੂ ਕਰਦੀਆਂ ਆਪਣੇ ਬਾਈ ਜੀ ਪ੍ਰੀਤ ਸਿੱਧੂ ਕਾਕਾ ਜੀ। ਅਤੇ ਹੁਣ ਆਪਾਂ ਦੇਣ ਲੱਗੇ ਹਾਂ ਜੀ ਇਹਨਾਂ ਨੂੰ ਜਿਹੜਾ ਫਸਟ ਅਤੇ ਸੈਕਿੰਡ ਪ੍ਰਾਈਜ਼ ਹੈ, ਜੋ ਕਿ ਫਸਟ ਪ੍ਰਾਈਜ਼ ਆਪਣੇ ਗੁਰਜੰਟ ਸਿੰਘ ਆਲਮਾਲਾ ਜੀ ਦਾ ਕਬੂਤਰ ਬਹੁਤ ਉੱਡਿਆ ਅਤੇ ਸੈਕਿੰਡ ਪ੍ਰਾਈਜ਼ ਜੋ ਆਪਣੇ ਬਾਈ ਜੀ ਨੇਤਾ ਭਾਗ ਸਰ। ਲਓ ਜੀ ਆਪਾਂ ਸਭ ਤੋਂ ਪਹਿਲਾਂ ਜਿਹੜਾ ਇਹ ਪ੍ਰਾਈਜ਼ ਹੈ ਗੁਰਜੰਟ ਸਿੰਘ ਆਲਮਾਲਾ ਜੀ ਨਾਲ, ਤਾੜੀਆਂ ਮਾਰ ਦਿਓ ਜੀ ਗੁਰਜੰਟ ਸਿੰਘ ਆਲਮਾਲਾ ਜੀ ਦਾ ਕਬੂਤਰ ਜਿਹੜਾ ਫਸਟ ਰਿਹਾ ਅਤੇ ਨਾਲ ਹੀ ਉਹਨਾਂ ਦਾ ਕਬੂਤਰ ਜੋ ਕਿ ਵਿਨਰ ਰਿਹਾ ਜੀ, ਵਿਖਾਉਂਦੇ ਹਾਂ ਤੁਹਾਨੂੰ ਬਾਈ ਜੀ ਗੁਰਜੰਟ ਸਿੰਘ ਆਲਮਾਲਾ ਦਾ। ਅੱਜ ਅੱਠ ਬੰਦਿਆਂ 'ਚ ਬਾਜੀ ਜਿਹੜੀ ਸਾਂਝੀ ਹੋਈ ਹੈ ਜੀ, ਅਤੇ ਬਾਈ ਜੀ ਕਮਲਜੀਤ ਮੂਸ਼ੀ ਮੂਲਿਆਂ ਵਾਲੀ ਅਤੇ ਬਾਈ ਜੀ ਗੁਰਜੰਟ ਸਿੰਘ ਆਲਮਾਲਾ ਦੇ ਤਿੰਨ ਕਬੂਤਰ ਇਸ ਹਿੱਸੇ ਦੇ ਵਿੱਚ ਆਏ ਆ ਜੀ, ਤਿੰਨ ਹੀ ਆਏ ਨਾ ਜੀ, ਤਿੰਨ ਕਬੂਤਰ ਹਿੱਸੇ ਦੇ ਵਿੱਚ ਆਏ ਆ ਜੀ। ਅਤੇ ਨਾਲ ਵੀਰ ਇੱਕ ਕਿੱਕਰ ਖੇੜੇ ਤੋਂ ਜੇਤੂ ਰਹੇ ਹੈ, ਇੱਕ ਵੀਰ ਰਿਹਾ ਨੇਤਾ ਭਾਗਸਰ, ਦੋ ਹਿੱਸੇ ਨੇਤੇ ਭਾਗਸਰ ਦੇ ਸੀਗੇ ਜੀ, ਇੱਕ ਵੀਰ ਰੂੜਿਆਂ ਵਾਲੀ ਤੋਂ ਸੀ ਨਵਾਂ ਖਿਡਾਰੀ, ਉਹਨੂੰ ਵੀ ਮੁਬਾਰਕਾਂ ਦਿੰਦੇ ਆਪਾਂ ਰੂੜਿਆਂ ਵਾਲੀ ਤੋਂ, ਅਤੇ ਇੱਕ ਵੀਰ ਰੰਮੀ ਮਲੋਟ ਦਾ ਕਬੂਤਰ ਆਇਆ, ਮੁਬਾਰਕਾਂ ਜੀ ਸਾਰੇ ਵੀਰਾਂ। ਦੂਜਾ ਲਿਓ ਜੀ ਇੱਕ ਭੋਲੂ ਕਢਿਆਣਾ ਜੀ ਰਹਿ ਗਏ ਸਾਡੇ ਟੋਪੀ ਵਾਲੇ ਤਾਂ, ਹਾਂਜੀ 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 ਹਾਂਜੀ। ਅਤੇ ਨਾਲ ਆਪਣੇ ਜੱਗੀ ਵੀਰ ਬੜੀ ਅੱਜ ਕਾਪੀ ਦੀ ਸੇਵਾ ਕੀਤੀ ਵੀਰ ਨੇ, ਇੱਕ ਆ ਵੀਰ ਨਵੀਂ ਵੀਰ। ਤੇ ਆਓ ਜੀ ਨੇਤਾ ਭਾਗ ਸਰ ਜੀ ਦੂਜਾ ਜਿਹੜਾ ਸੈਕਿੰਡ ਪ੍ਰਾਈਜ਼ ਆਪਦਾ ਲੈਣ ਆਪਣੇ ਪਿੱਛੇ, ਨਾਲ ਹੀ ਕਬੂਤਰ ਹੈ ਜੀ ਉਹਨਾਂ ਦਾ, ਪਹਿਲਾਂ ਤਾਂ ਥੋੜਾ ਉਹਨਾਂ ਦਾ ਕਬੂਤਰ ਵਿਖਾਉਣੇ ਆ ਜੀ ਬਾਈ ਜੀ ਨੇਤੇ ਦਾ, ਨੀਵਾਂ ਕਰੋ ਨੀਵਾਂ ਥੋੜਾ। ਤੇ ਨਾਲ ਹੀ ਉਹਨਾਂ ਦਾ ਸੈਕਿੰਡ ਪ੍ਰਾਈਜ਼ ਹੈ ਜਿਹੜਾ ਆਪਦਾ ਪ੍ਰਾਪਤ ਕਰਦੇ ਹੋਏ ਜੀ, ਤਾੜੀਆਂ ਦੀ ਵੀਰ ਲਈ ਵੀ ਮਾਰੋ, ਬਹੁਤ 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 ਵਧੀਆ ਕਬੂਤਰ ਵੀਰ ਦਾ ਢਾਂਗੇ 'ਤੇ ਚੜਿਆ ਜੀ। ਤੇ ਨਾਲ ਹੀ ਖੁਸ਼ੀਆਂ ਮਨਾ ਰਹੇ ਆ ਵੀਰ, ਹਾਂਜੀ ਨਾਲ ਖੁਸ਼ੀਆਂ ਮਨਾ ਰਹੇ ਆ ਵੀਰ, ਬਹੁਤ ਸਹਿਯੋਗ ਦਿੱਤਾ ਸਾਰੇ ਵੀਰਾਂ ਨੇ ਜੀ, ਕੁਛ ਪਿੱਛੇ ਵੀ ਖੜੇ ਆਪਣੇ ਵੀਰ। ਕੁਛ ਕਹਿਣਾ ਚਾਹੋਗੇ ਬਾਈ ਜੀ? ਪਹਿਲਾਂ ਤਾਂ ਜੀ ਸਾਰੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕਰਕੇ ਏਡੀਆਂ ਵਧੀਆ ਬਾਜ਼ੀਆਂ ਕਰਵਾਈਆਂ ਦੋ। ਅਤੇ ਦੂਸਰਾ ਜੀ ਸਾਡੇ ਵੀਰ ਵੱਡੇ ਕਾਕਾ ਸਿੱਧੂ ਕਨੇਡਾ ਤੋਂ ਜਿਨ੍ਹਾਂ ਨੇ ਪਹੁੰਚਣਾ ਸੀ, ਉਹਨਾਂ ਦੇ ਜੀਜਾ ਜੀ ਨੂੰ MLA ਦੀ ਟਿਕਟ ਮਿਲੀ ਹੈ, ਇਸ ਕਰਕੇ ਉਹ ਸਾਡੇ ਵਿੱਚ ਨਹੀਂ ਪਹੁੰਚ ਸਕੇ, ਉਹਨਾਂ ਨੂੰ ਵੀ ਮੁਬਾਰਕਾਂ ਬਾਈ। ਅਤੇ ਉਹਨਾਂ ਕੰਨੂ ਉਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ, ਉਹਨਾਂ ਨੇ ਸੰਦੇਸ਼ ਲਾਇਆ ਸੀ ਵੀ ਮੇਰੀ ਸਤਿ ਸ਼੍ਰੀ ਅਕਾਲ ਜ਼ਰੂਰ ਬੁਲਾਈ ਜਾਵੇ। ਅਤੇ ਬਾਕੀ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਬਾਜੀ 'ਚ ਜਿੱਤ ਲਈ ਹੈ ਉਹਨਾਂ ਦਾ ਵੀ ਧੰਨਵਾਦ ਆ, ਅਤੇ ਜਿਨ੍ਹਾਂ ਨੇ ਨਹੀਂ ਵੀ ਹਿੱਸਾ ਆ ਉਹਨਾਂ ਦੇ ਵੀ ਧੰਨਵਾਦ ਆ ਭਾਈ, ਹੌਸਲੇ ਬੁਲੰਦ ਰੱਖੋ, ਮੰਜ਼ਿਲਾਂ ਜ਼ਰੂਰ ਮਿਲਣਗੀਆਂ। ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਦਿਨ ਦੁੱਗਣੀ ਰਾਤ ਚੌਗਣੀ ਸਾਰੇ ਵੀਰ ਤਰੱਕੀ ਕਰਨ ਅਤੇ ਚੜ੍ਹਦੀ ਕਲਾ 'ਚ ਰੱਖਣ। ਬੋਲੇ ਸੋਨਿਆ ਇੱਥੇ ਨਹੀਂ ਪਹੁੰਚ ਸਕੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਬਾਈ ਜੀ
ਗਿੱਲ ਸਾਹਿਬ ਨੂੰ ਟਿਕਟ ਮਿਲ ਗਈ ਸੀ ਸਾਊਥ ਬ੍ਰਹਮਟਨ ਤੋਂ, ਇੱਥੇ ਨਹੀਂ ਪਹੁੰਚ ਸਕੇ, ਪਰ ਉਹਨਾਂ ਦੀ ਜਿਹੜੀ ਖੁਸ਼ੀ ਹੈ ਅਸੀਂ ਕਰ ਦਿੱਤੀ ਹੈ ਉਹਨਾਂ ਦੇ ਨਾਂ ਉੱਤੇ ਵੀ, ਬਾਕੀ ਉਹਨਾਂ ਦੀ ਜਿਹੜੀ ਸਾਰੇ ਵੀਰਾਂ ਨੂੰ ਜਿੰਨੇ ਐਨ ਆਰ ਆਈ ਵੀਰ ਸਾਡੇ ਨਾਲ ਜੁੜੇ ਸੀ ਬਾਈ ਜੀ, ਮੁਬਾਰਕਾਂ ਵੀ ਤੁਹਾਨੂੰ ਵੀ ਪਾਓ, ਚੰਗੇ ਵਸਦੇ ਰਹੋ, ਬੈਠੋ ਜੀ ਬੈਠੋ, ਬਾਬਾ ਗਰਜਨ ਕਰੀ ਮੇਰੇ ਫੋਨ ਮੈਂ ਕਰ ਦੂੰਗਾ ਸੈਂਡ।